ਉਹ ਇਹਦੇ ਮੁਕਾਬਲੇ 'ਚ ਐਸੇ ਦੇ ਵਾਸਤੇ ਬਣਾਇਆ ਕਿ ਜਿੱਥੇ ਉੱਥੇ ਉਹਨਾਂ ਨੂੰ ਹੈਵੀ ਟਰੈਕਟਰ ਚਾਹੀਦਾ, ਲੇਕਿਨ ਉਹ ਇਤਨਾ ਜ਼ਿਆਦਾ ਉੱਤੇ ਚਲਾ ਗਿਆ ਕਿ ਉਸਦੀ ਜਗ੍ਹਾ ਅਸਾਂ ਪਾਕਿਸਤਾਨ 'ਚ ਐਸਾ ਕਹਿੰਦੇ ਆਪਣਾ ਟਰੈਕਟਰ ਲਓ ਆਪਣੇ ਘਰੋਂ ਲਓ ਕਲੇਮ ਦੇ ਨਾਲ, ਉਹਨਾਂ ਦਾ ਤਾਂ ਕੋਈ ਕਲੇਮ ਨਹੀਂ ਹੈਗਾ ਕਿਉਂਕਿ ਉਹ ਤਾਂ ਉਹਨਾਂ ਨੇ ਸਪੋਰਟ ਕਰ ਦਿੱਤਾ। ਹੁਣ ਤੁਸੀਂ ਰੂਸ 'ਤੇ ਨਹੀਂ ਜਾਓਗੇ ਕਿ ਜੀ ਅਸਾਂ ਜਾ ਕੇ ਕਲੇਮ ਲੈ ਲਈ, ਉਸ ਦੇ ਮੁਕਾਬਲੇ 'ਚ ਅਸਾਂ ਉਹਨਾਂ ਕੀਤਾ ਹੋਇਆ ਕਿ ਤਕਰੀਬਨ 22 ਲੱਖ ਘੱਟ ਕਰਕੇ ਇੱਕ ਬੜੀ ਅਮਾਊਂਟ ਹੈਗੀ ਅਤੇ ਉਹਦੇ ਮੁਕਾਬਲੇ 'ਚ ਇਹਨੂੰ ਲਾਂਚ ਕੀਤਾ। ਉਹਦੇ ਨਾਲ ਮੁਕਾਮੀ ਜਿਹੜੇ ਦੇ ਮੁਕਾਬਲੇ 'ਚ ਉਹਨਾਂ ਦੇ ਘੱਟ ਤੋਂ ਘੱਟ ਜਿਹੜਾ ਫਰਕ ਹੈਗਾ 2.5 ਲੱਖ ਦਾ ਹੈਗਾ ਹਰ ਟਰੈਕਟਰ 'ਚ, ਕਿਸੇ 'ਤੇ 4 ਹੈ, ਕਿਸੇ 'ਤੇ 7 ਹੈ, ਕਿਸੇ 'ਤੇ 2.5 ਹੈ, ਸਾਰੇ ਉਸ ਜਿਹੜੇ ਘੱਟ ਹੈਗੇ। ਜਿਹੜਾ ਇਹਦੇ ਟੂ ਵੀਲ ਡਰਾਈਵਰ ਅੰਦਰ ਖੜਿਆ ਉਹ ਹੈਗਾ 33 ਲੱਖ 50 ਹਜ਼ਾਰ ਦਾ, ਹਾਂਜੀ 85 ਹਜ਼ਾਰ ਫੋਰ ਵਾਲਾ 85 ਵਾਲਾ। ਇਹ ਹੈਗਾ 100, ਇਹ ਜਿਹੜਾ 100 ਲਿਖਿਆ ਨਾ, ਇਹ 100 ਦਾ ਮਤਲਬ ਹੈ ਰਫੀ, ਥੈਂਕ ਯੂ। ਇਹਦਾ ਮਤਲਬ ਹੈ 4 ਸਿਲੰਡਰ ਹੈਗਾ, ਇਹ 4 ਸਿਲੰਡਰ ਹੈਗਾ, ਇਹ ਹਾਰਸ ਪਾਵਰ ਹੈ, ਇਹ ਦੂਰੋਂ ਇਹ ਸਟਿੱਕਰ ਉਹ ਬਣਾ ਲਿਆ ਕਿ ਤੁਹਾਨੂੰ ਦੂਰੋਂ ਪਤਾ ਲੱਗ ਜਾਏ ਕਿ ਮੇਰਾ ਟਰੈਕਟਰ ਕਿਹੜਾ, ਕਿੰਨੇ ਹਾਰਸ ਪਾਵਰ ਦਾ, ਕੀ ਇਹਦੀ ਚੀਜ਼ਾਂ ਨੇ। ਅਸਾਂ ਉਹ ਬਣਾ ਦਿੱਤਾ ਕਿ ਜੀ ਇਹ 2 ਵੀਲ ਡਰਾਈਵਰ, ਉਹ 4 ਵੀਲ ਦੇ ਵਿੱਚ ਉੱਥੇ ਮੇਰੇ ਕੋਲ ਲੱਗੇਗਾ, ਇਹ 2 ਵੀਲ ਡਰਾਈਵ ਵੀ ਮਾਡਲ ਹੈ ਨਾ ਸਾਡਾ 2141-100 ਵੀ, ਕਿਉਂਕਿ ਖਾਲੀ 4100 ਉਹਨੂੰ ਸਮਝ ਹੀ ਨਹੀਂ ਆਏਗੀ, ਕੰਪਿਊਟਰ ਵੀ ਨਹੀਂ ਸਮਝੇਗਾ, ਕੋਈ ਐਮ ਐਫ ਕਰ ਦਿੰਦਾ, ਕੋਈ ਜੀ ਟੀ ਐਸ ਦਾ ਇਹ ਕਰ ਦਿੰਦਾ, ਵੀ ਬਰਾਕ ਹੋ ਗਿਆ, ਇਹ 4 ਸਿਲੰਡਰ ਹੋ ਗਿਆ, 100 ਹਾਰਸ ਪਾਵਰ ਹੋ ਗਿਆ। ਇਸੇ ਤਰ੍ਹਾਂ ਦੂਸਰਾ ਦੇਖੋਗੇ ਤੇ ਉੱਥੇ 3 ਲਿਖਿਆ ਹੋਏਗਾ, ਜੇ 4 ਲਿਖਿਆ ਹੋਏਗਾ ਤੇ 3 ਹੋਏਗਾ ਤੇ 3 ਸਿਲੰਡਰ 'ਚ ਆ ਜਾਏਗਾ, ਕਿਉਂਕਿ ਇਹ ਸਾਨੂੰ ਫਿਲਹਾਲ 2 ਮਾਡਲ ਜਿਹੜੇ ਵੱਡੇ ਨੇ ਨਾ ਇਹਨਾਂ ਦੀ 85 ਹਾਰਸ ਪਾਵਰ ਤੇ 100 ਹਾਰਸ ਪਾਵਰ ਇਹਨਾਂ ਦੀ ਮਨਜ਼ੂਰੀ ਮਿਲੀ, ਕਿਉਂ ਗਵਰਨਮੈਂਟ ਆਫ ਪਾਕਿਸਤਾਨ ਜਿਹੜੀ ਮਨਜ਼ੂਰੀ ਦੇਣ ਪਹਿਲੇ ਉਹ ਆ ਕੇ ਤੁਹਾਡੇ ਪਲਾਂਟ ਦੇਖਦੀ ਹੈ, ਤੁਹਾਡੀ ਚੀਜ਼ਾਂ ਦੇਖਦੀ ਹੈ, ਤੁਹਾਡੀ ਸਪੇਅਰ ਦੇਖਦੀ ਹੈ, ਤੁਹਾਡੇ ਮਕੈਨਿਕ ਦੇਖਦੀ ਹੈ, ਤੁਹਾਡੇ ਵਿੱਚ ਸਹੂਲਤਾਂ ਦੇਖਦੀ ਹੈ ਕਿ ਕੀ ਕਰੋਗੇ। ਵੈਸੇ ਲਾਂਚ ਕਰਕੇ ਕੋਈ ਜ਼ਿੰਮੇਦਾਰ ਨੂੰ ਤਕਲੀਫ ਤਾਂ ਨਹੀਂ ਹੋਏਗੀ, ਉਹ ਜੋ ਸਾਰੀ ਵਾਈਫਾਈ ਹੋ ਜਾਂਦਾ ਤਾਂ 3-4 ਮਹੀਨਿਆਂ 'ਚ ਜਾ ਕੇ ਫਿਰ ਉਹ 6-7 ਚੱਕਰ ਲਗਾ ਕੇ ਫਿਰ ਉਹ ਫਿਰ ਤੁਹਾਨੂੰ ਅਲਾਓ ਕਰਦੇ ਨੇ, ਹਾਂਜੀ ਹੁਣ ਇਸ ਕਾਬਲ ਹੋ ਗਏ ਕਿ ਤੁਸੀਂ ਬਣਾਓ ਵੀ, ਐਕਸਪੋਰਟ ਵੀ ਕਰੋ ਔਰ ਇੱਥੇ ਵੀ ਰਹੋ। ਇਸੇ ਤਰ੍ਹਾਂ ਔਰ 85 ਹਾਰਸ ਪਾਵਰ ਇਹਦੇ ਵਿੱਚ 2 ਵੀਲ ਵੀ ਹੈ ਅਤੇ 4 ਵੀਲ ਵੀ, ਇਹਦੇ ਵਿੱਚ ਹੁਣ ਆ ਰਿਹਾ ਗੱਡੀ 'ਚ ਉਹ 4 ਵੀਲ ਇਹਦੇ ਨਾਲ ਖੜਾ ਹੋ ਜਾਏਗਾ, ਇਹ 2 ਵੀਲ ਅੰਦਰ ਜਿਹੜਾ ਖੜਾ ਉਹ 4 ਵੀਲ ਹੈ ਅਤੇ ਦੂਸਰਾ 2 ਵੀਲ ਆ ਜਾਏਗਾ। ਉਹ ਇਹ 4 ਟਰੈਕਟਰ ਹੈਗੇ ਨੇ, ਫਿਰ ਇੱਕ ਅਸਾਂ ਬਣਾਇਆ ਸੁਪਰ ਐਚ, ਉਹ ਯਾਨੀ ਕਿ ਇਸ ਤੋਂ ਹੋਰ ਚੀਜ਼ਾਂ ਐਡ ਕਰ ਰਹੇ ਉਹਦੇ ਵਿੱਚ, ਉਹ ਵੀ ਇਨਸ਼ਾਅੱਲਾ ਦੋਵਾਂ ਦੀ ਜਿਸ ਤਰ੍ਹਾਂ ਵੇਟ ਲਾਈਨ ਹੈ ਸੁਪਰ ਐਚ 'ਚ ਅਤੇ ਉਹ ਉਹਨਾਂ ਨੇ ਐਡੀਸ਼ਨਲ ਚੀਜ਼ਾਂ ਲਾ ਦਿੱਤੀਆਂ। ਇਹ ਜਿਹੜਾ ਨਾ ਇਹ ਹੈਗਾ 36 ਲੱਖ 25 ਹਜ਼ਾਰ ਦਾ, ਹਾਂਜੀ 36 ਲੱਖ
ਸਿਰਫ ਦੋ ਚੀਜ਼ਾਂ ਅਸਾਂ ਰੱਖੀਆਂ ਨੇ ਕਿ ਜਿਹੜੇ ਆਪਸ਼ਨਲ ਨੇ, ਕੈਮਰਾ ਲਗਵਾਉਣਾ ਚਾਹੁੰਦੇ ਹੋ ਉਹ ਲਵਾ ਲਓ, ਪ੍ਰਿੰਟਲ ਹੁੱਕ ਲਾਉਣਾ ਚਾਹੁੰਦੇ ਹੋ ਕਿ ਚੀਜ਼ਾਂ ਵਾਸਤੇ, ਕਿ ਟਰਾਲੀ ਲਾਉਣੀ ਹੈ, ਵਾਟਰ ਬਾਊਜ਼ਰ ਲਾਉਣਾ ਹੈ, ਕੋਈ ਹੋਰ ਇੰਪਲੀਮੈਂਟ ਲਾਉਣਾ, ਤਾਂ ਉਹਦੇ ਵਾਸਤੇ ਉਹ ਆਪਸ਼ਨ ਹੈਗੀ ਹੈ। ਫਿਰ ਦੂਸਰਾ ਜਿਹੜਾ ਤਾਂ ਫੋਰ ਵੀਲ ਡਰਾਈਵ ਹੈ, ਉਹਦੀ ਕੀਮਤ ਹੈਗੀ ਹੈ 43,45,000। ਇਸੇ ਦਾ 45 ਲੱਖ, ਇੱਥੇ ਫੋਰ ਵੀਲ ਜਿੱਥੇ ਲਿਖਿਆ ਹੋਏਗਾ 45,000। ਇਹਦੇ ਵਿੱਚੋਂ ਡੀਲਰ ਦਾ ਕਮਿਸ਼ਨ ਹੈ ਤਕਰੀਬਨ 40,000, ਵੱਡੇ ਟਰੈਕਟਰ ਦੇ ਤਕਰੀਬਨ 60,000 ਦੇ ਰਹੇ ਹਾਂ, ਕਿਉਂਕਿ ਉਹਨੇ ਸ਼ੋਰੂਮ ਬਣਾਉਣਾ ਹੈ, ਚੀਜ਼ਾਂ ਦੇਣੀਆਂ ਨੇ, ਉਹਨੇ ਲੜਕੇ ਰੱਖਣੇ ਨੇ। ਬੁਝਿਆ ਕਿ ਅੱਲਾਹ ਕਰੇ ਇਹ ਚੱਲਦਾ, ਤਾਂ ਫਿਰ ਤੁਸੀਂ ਰੁਜ਼ਗਾਰ ਵੀ ਦਿੰਦੇ ਹੋ, ਫਿਰ ਉਸ ਤੁਸੀਂ ਬੱਚੇ ਜਿਹੜੇ ਰੱਖੇ ਨੇ ਉਹਨਾਂ ਨੂੰ ਵੀ ਤਨਖਾਹ ਵੀ ਦਿੰਦੇ ਹੋ, ਬਿੱਲ ਬਿਜਲੀ ਦਾ ਬਿੱਲ ਵੀ ਦਿੰਦੇ ਹੋ, ਕਿਰਾਇਆ ਵੀ ਦਿੰਦੇ ਹੋ, ਉਹ ਸਾਰੀ ਚੀਜ਼ਾਂ ਅੱਜ ਦੇ ਵਕਤ ਦੇ ਹਿਸਾਬ ਨਾਲ, ਕਿ ਵੀ ਉਸ ਦਾ ਖਿਆਲ ਕਰੀਏ ਅੱਜ ਦੇ ਵਕਤ ਦੇ ਹਿਸਾਬ ਨਾਲ। ਪ੍ਰਾਈਸ ਬੋਲੀ ਹੁਣ ਅਸੀਂ ਰੱਖ ਰਹੇ ਹਾਂ ਇੱਥੇ ਸਾਰਿਆਂ ਵਾਸਤੇ, ਕਿ ਵੀ ਇਹ ਰੇਟ ਹੋਏਗਾ, ਇਹ ਹੋਏਗਾ ਫੈਕਟਰੀ ਦਾ ਰੇਟ, ਕਿ ਜੀ ਇਹ ਤੁਹਾਨੂੰ ਮਿਲੇਗਾ। ਜਿਹੜਾ ਕੈਸ਼ ਦੇ ਉੱਪਰ ਆਏਗਾ ਉਹਦੇ ਵਾਸਤੇ ਮੈਨੇਜਮੈਂਟ ਨੂੰ ਕਿਹਾ ਹੈ ਕਿ ਜਿਹੜਾ ਕੈਸ਼ ਦੇ ਬੁੱਕ ਕਰਾਉਂਦਾ ਉਹਨੂੰ 50,000 ਹੋਰ ਵਾਪਸ ਦੇ ਦਿਓ। ਅੱਛਾ ਜੀ, ਹਾਂਜੀ, ਤੇ ਉਹਨੂੰ ਦੇ ਇਨਸੈਂਟਿਵ ਕਿਹਾ 50,000 ਤੋਂ ਹੋਰ ਲੈ ਲਵੇ। 10 ਸਾਲ ਪੁਰਾਣਾ ਰੇਟ ਤੇ ਮੈਂ ਨਾ ਜੀ ਤੁਸੀਂ ਕਮਾਲ ਹੀ ਕਰਦਾ ਗੱਲ, ਪਤਾ ਕਿ ਨਵੀਂ ਕੋਈ ਵੀ ਕੰਪਨੀ ਆਉਂਦੀ ਨਾ ਉਹਨੂੰ ਕਰਨਾ ਹੀ ਐਵੇਂ ਚਾਹੀਦਾ, ਕਿਉਂਕਿ ਮਾਰਕੀਟ ਬਣਾਉਣ ਵਾਸਤੇ ਨਹੀਂ, ਮਾਰਕੀਟ ਨਹੀਂ। ਮੈਂ ਕਹਿੰਦਾ ਕਿ ਕਿਉਂਕਿ ਮੇਰਾ ਅੱਲਾਹ ਦਾ ਸ਼ੁਕਰ ਹੈ ਕਿ 6 ਸਾਲ ਮੈਂ ਲਗਾਜੀ ਜੇ ਜੀਐਮ ਪਲਾਟ ਰਹੇ ਹਾਂ, 7 ਸਾਲ ਮੈਂ ਯੂਰੋ 4 ਬਣਾਇਆ, 2 ਸਾਲ ਮੈਂ ਲੈਂਡ ਰੋਵਰ ਦੀ ਜੀਪਾਂ ਬਣਾਈਆਂ ਨੇ, ਐਬੂਲੈਂਸ ਬਣਾਈਆਂ ਨੇ, ਉਹਨਾਂ ਦੀ ਗੱਡੀਆਂ ਬਣਾਈਆਂ ਨੇ, ਯਾਨੀ 15-20 ਸਾਲਾਂ ਤੋਂ ਜਦੋਂ ਦੇ ਫੌਜ ਚੋਂ ਰਿਟਾਇਰ ਹੋਇਆ, 28 ਸਾਲ ਫੌਜ ਚ ਕੀਤੇ, ਉੱਥੇ ਅਲਖਾਲੇ ਟੈਂਕ ਬਣਾਇਆ, ਅਲਜ਼ਰਾਰ ਟੈਂਕ ਬਣਾਇਆ, ਹਾਂਜੀ, ਉਹਦੇ ਵਿੱਚ ਹੋਰ ਪੂਰੀ ਉਮਰ NLC FW ਸਾਰੇ ਚੱਲਦੇ ਰਹੇ, ਉਹ ਅੱਲਾਹ ਤਾਲਾ ਨੇ ਰਿਟਾਇਰਮੈਂਟ ਦੇ ਬਾਅਦ ਟਰੈਕਟਰਾਂ ਵਾਲੇ ਪਾਸੇ ਪਾ ਦਿੱਤਾ, ਅਤੇ ਉਹ ਫਿਰ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਜਿਹੜੇ ਮੁਕਾਮੀ ਲੋਕ ਨੇ ਉਹਨਾਂ ਨੂੰ ਫਾਇਦਾ ਹੋਏ, ਕੰਪਨੀਆਂ ਨੂੰ ਫਾਇਦਾ ਹੋਏ, ਜ਼ਿਮੀਦਾਰ ਨੂੰ ਫਾਇਦਾ ਹੋਏ, ਮਕਸਦ ਉਸਨੂੰ ਹਰ ਚੀਜ਼ ਮਿਲੇ, ਉਹਦੇ ਘਰ ਬੈਠੇ ਮਿਲੇ, ਉਸ ਵਿਚਾਰੇ ਨੇ ਜਦੋਂ ਪੈਸਾ ਦਿੱਤਾ ਤਾਂ ਉਸਦਾ ਹੱਕ ਹੈ ਕਿ ਉਹ ਤੁਹਾਡੇ ਕੋਲ ਸਰਵਿਸ ਵੀ ਲਏ, ਉਹ ਤੁਹਾਡੇ ਕੋਲ ਪਾਰਟਸ ਵੀ ਲਏ, ਔਰ ਉਸ ਨੂੰ ਆਸਾਨੀ ਵੀ ਹੋਏ। ਇੱਕ ਫੋਨ ਕਰੇ ਉਹਦਾ ਕੰਮ ਖਤਮ, ਉਹ ਸਾਡਾ ਸ਼ੁਰੂ। ਦੂਸਰਾ ਜਿਹੜਾ ਇਹਦਾ 2-wheel ਡਰਾਈਵ ਦਾ 37,50,000 ਹੈ, 4-wheel ਡਰਾਈਵ ਜਿਹੜਾ 85 ਹਾਰਸਪਾਵਰ ਵਾਲਾ ਉਹਦਾ 43,45,000 ਹੈ, ਠੀਕ ਹੈ ਨਾ। ਅਤੇ ਜਿਹੜਾ ਦੂਸਰਾ ਇੱਕ ਸਭ ਤੋਂ ਵੱਡਾ ਜਿਹੜਾ ਇਹਦਾ ਬਣੇਗਾ 41 ਵਿੱਚ 4-wheel ਡਰਾਈਵ, ਉਹ ਹੈਗਾ 47,48,000। ਹੋਰ ਕੋਈ ਕੁਐਸਚਨ, ਕੋਈ ਚੀਜ਼? ਅਗਰ ਕੋਈ ਜ਼ਿਮੀਦਾਰ ਜਾਂ ਕੋਈ ਵਾਸ਼ਮੈਨ ਦਾ ਡੀਲਰਸ਼ਿਪ ਲੈਣ ਨੂੰ, ਡੀਲਰਸ਼ਿਪ ਅਸਾਂ ਅੱਜ ਬਿਸਮਿਲਾ ਕੀਤੀ, ਹੁਣ ਲੱਗੇ ਉਹ ਦੇਵਾਂਗੇ ਸਟੈਪ ਬਾਈ ਸਟੈਪ, ਤਾਂ ਕਿ ਮੇਰੇ ਕੋਲ 50 ਟਰੈਕਟਰ ਖੜੇ ਹੋ, ਇਹ ਨਾ ਇੱਕ ਉਹਦਾ ਗਾਹਕ ਆਏ ਉਹਦੇ ਨਾਲ ਵਾਧਾ ਹੋਏ ਤਾਂ ਉਸ ਟਰੈਕਟਰ ਨਾ ਦੇ, ਜਾਂ ਉਹਦਾ ਪੈਸਾ ਲੈ ਕੇ ਉਹ ਕਈ ਯਾਰ ਉਹ ਤਾਂ ਖਰਚ ਹੋ ਗਿਆ, ਹੁਣ ਮੈਂ ਕੀ ਕਰਾਂ। ਮਕਸਦ ਹੈ ਕਿ ਉਹ ਆਏ, ਉਸ ਤੋਂ ਪਹਿਲੇ ਮੇਰੇ ਕੋਲ 20-25 ਟਰੈਕਟਰ ਖੜੇ ਹੋਣ, ਉਹ ਫੋਨ ਕਰੇ ਸਰ ਇਹ ਟਰੈਕਟਰ ਆਇਆ, ਇਹ ਪਕੜੋ ਬਾਈ, ਗੱਡੀ ਆ ਜਾਓ, ਲੋਡ ਕਰਾਓ, ਲੈ ਜਾਓ। ਇਹ ਨਹੀਂ ਕਿ 3-3 ਮਹੀਨੇ ਪਹਿਲੇ, 4-4 ਮਹੀਨੇ ਪਹਿਲੇ, ਨਹੀਂ, ਕੋਸ਼ਿਸ਼ ਕਰਾਂਗੇ ਨਾਲ ਨਾਲ ਉਹਨਾਂ ਨੂੰ ਹਰ ਬੰਦੇ ਨੂੰ ਅਕੋਮੋਡੇਟ ਕਰੀਏ।
ਅਗਰ ਕੋਈ ਜ਼ਿਮੀਦਾਰ ਬੁੱਕ ਕਰਾਉਂਦਾ ਹੈ ਫਿਲਹਾਲ ਜੀ, ਕਿੰਨੇ ਦਿਨ ਬਾਅਦ ਉਹਨਾਂ ਨੂੰ ਦਿੱਤੀ ਹੈ? ਇਨਸ਼ਾਅੱਲਾ 2 ਹਫ਼ਤੇ ਚ। 2 ਹਫ਼ਤੇ? ਹਾਂਜੀ ਇਨਸ਼ਾਅੱਲਾ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜੀ।